अदपा एस वक्त अज नाले दे विच जिहड़ी अपनी शुगर मिल है सरकारी सरकारी शुगर मिल भला पिंड उत्थे भला आपां खड़े मेरे नाल साडे रूरल डिवेलपमेंट डिपार्टमेंट दे चीफ साहब ने एक्सीएन साहब ने साडे इस मिल दे जीएम साहब ने किसान लीडर ने असी मतलब हुणे जिहड़ा झाड़ है इस मिल का जो भी मिल बनी पिछले 30-35 साल उदो तो ही किसान की एक बहुत वड्डी मांग सी जिहड़े गन्ना कास्त वाले किसान सीगे कि इत्थे झाड़ जिहड़ा वह ठीक नहीं गा कच्चा झाड़ आ जो मीह पैंदा सियाल दे विच जो गन्ना लैके आउंदा ते सारे किसान दियां ट्रालियां खुब जांदियां एक्सीडेंट हो जांदी है कई डैथ वगैरह हो जांदी है। सो मैं पिछले साल इन्हां नाल वादा कीता सीगा कि मैं इहनूं मतलब जिहड़ा झाड़ तुहानूं बणा के दांगे। सो जिहड़ा वादा कीता सीगा उहनूं मतलब जिहड़ा बूर पै गया प्रैक्टिकली अज मतलब महकमा सारा आया और असी कंक्रीट दे नाल इह जिहड़ा झाड़ है दो झाड़ असी बणाए कंक्रीट दे नाल इहनूं बणा रहे और इहदे ते 1,42,00,000 दे करीब पैसा जिहड़ा साडा लग्गिया और मेरा ख्याल है कि जिन्ने साडे अजनाले दे जां डेरा बाबा नानक दे जिहड़े किसान इत्थे आउंदे आ चगावे दे आउंदे आ ਉਹਨਾਂ ਦਾ ਇੱਕ ਬਹੁਤ ਵੱਡਾ ਮਸਲਾ ਜਿਹੜਾ ਪਿਛਲੇ 30-35 ਸਾਲ ਤੋਂ ਉਹ ਅੱਜ ਹੱਲ ਹੋ ਗਿਆ। ਇਹ ਮੇਰਾ ਖਿਆਲ ਹੈ ਕਿ 20 ਨਵੰਬਰ ਤੱਕ ਇਹ ਸਹਿਜ ਸਹਿਜ ਪੈਣਾ ਜਿੱਦਾਂ ਇਹ ਪਾ ਰਹੀ ਹੈ ਮਸ਼ੀਨ ਸਪੀਡ ਦੇ ਨਾਲ 20 ਨਵੰਬਰ ਤੱਕ ਕੰਪਲੀਟ ਹੋ ਜਾਊਗਾ ਕਿਉਂਕਿ ਹੋਪਫੁਲੀ 23-24 ਨਵੰਬਰ ਦੇ ਲਾਗੇ ਮਿਲ ਨੇ ਜਿਹੜਾ ਚੱਲ ਪੈਣਾ। ਉਹਦੇ ਤੋਂ ਪਹਿਲਾਂ ਅਸੀਂ ਮਤਲਬ ਚਾਹੁੰਦੇ ਕਿ ਇਹ ਕੰਪਲੀਟ ਹੋ ਕੇ ਕਿਸਾਨਾਂ ਲਈ ਵੱਤੋਂ ਲਈ ਮਤਲਬ ਜਿਹੜਾ ਇਹ ਆ ਜਾਵੇ। ਲੱਗਦੇ ਬਾਕੀ ਕੋਈ ਏਦਾਂ ਦੀ ਚੱਕਰ ਨਹੀਂ ਕੰਮ ਉਹ ਬੀਤ ਗਏ ਜੀ ਅਕਾਲੀ ਕਾਂਗਰਸੀਆਂ ਵਾਲੇ ਕਿ 7-7 ਸਾਲ ਪੇਮੈਂਟ ਨਹੀਂ ਆਈ 1.5-1.5 ਸਾਲ ਨਹੀਂ ਆਈ 2-2 ਸਾਲ ਕਿਸਾਨ ਧੱਕੇ ਖਾਂਦੇ ਫਿਰਦੇ ਹੁਣ ਵੀ ਏਦਾਂ ਹੁੰਦਾ ਜੀ ਹੁਣ ਸਾਰੀਆਂ ਮਿੱਲਾਂ ਪੰਜਾਬ ਦੇ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਆ ਵੀ ਪੈਸੇ ਆਪਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਮੈਂ ਲਏ ਸੀਗੇ ਕਿਉਂਕਿ ਜਾੜ ਦੇ ਪੈਸੇ ਕਿਸੇ ਪਾਸਿਓ ਮਿਲਦੇ ਨਹੀਂ ਤੇ ਉਹਨਾਂ ਨੂੰ ਕਹਿ ਕੇ ਬੜੇ ਮੁਸ਼ਕਲ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਦੇ ਥਰੂ ਅਸੀਂ ਲਏ ਸੀਗੇ। ਸੋ ਮਿਲਦੀ ਪੇਮੈਂਟ ਦਾ ਕਿਸਾਨਾਂ ਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਬਸ ਉਹਨਾਂ ਨੂੰ ਕਮਾਦ ਉਸ ਡੇਟ ਤੇ ਲਿਆਉਣਾ ਚਾਹੀਦਾ ਉਹ ਮੇਰੇ ਤੋਂ ਜ਼ਿਆਦਾ ਸਿਆਣੇ ਆ ਜਦੋਂ ਗੰਨੇ ਦੇ ਵਿੱਚ ਜਿਹੜੀ ਖੰਡ ਬਣ ਜਾਏ ਰਸ ਬਣ ਜਾਏ ਉਦੋਂ ਲੈ ਕੇ ਆਉਣ ਤੇ ਆਪਾਂ ਬਿੱਲ ਚਾਲੂ ਕਰਾਂਗੇ ਤੇ ਮਾਤਾ ਮਿਲ ਦੀ ਪੇਮੈਂਟ ਜਿਹੜੀ ਆ ਗੰਨੇ ਦੀ ਨਾਲ ਨਾਲ ਜਿਵੇਂ ਕਿ ਦੇਖਦੇ ਪਿਛਲੀਆਂ ਸਰਕਾਰਾਂ 'ਚ ਕਾਫੀ ਪੇਮੈਂਟ ਪੈਂਦੇ ਰਹਿੰਦੀ ਸੀ ਤੇ ਕਾਫੀ ਕਿਸਾਨ ਗੰਨੇ ਤੋਂ ਮੁੱਖ ਮੋੜ ਗਏ ਸੀ ਹੁਣ ਤਰਜੀਹ ਨਹੀਂ ਦੇ ਰਹੇ ਸੀ ਹੁਣ ਕੀ ਅਪੀਲ ਕਰੋਗੇ? ਨਾ ਨਾ ਇੱਥੇ ਕੋਈ ਨਹੀਂ ਸੀ ਸਾਡੇ ਮੈਂ ਪਿਛਲੇ ਸਾਲ ਹੀ ਕਹਿਤਾ ਕਿਸਾਨਾਂ ਨੂੰ ਵੀ ਇਸ ਗੱਲ ਦੀ ਤੁਸੀਂ ਚਿੰਤਾ ਨਹੀਂ ਕਰੋ ਇਹ ਵੱਡੀ ਪ੍ਰੋਬਲਮ ਸੀ ਕਿਸਾਨ ਪਿੱਛੇ ਹਟ ਗਿਆ ਗੰਨਾ ਲਾਉਣ ਤੋਂ ਕਿ ਮਤਲਬ ਪੇਮੈਂਟ ਨਹੀਂ ਮਿਲਦੀ 7-7 2-2 ਸਾਲ ਪਰ ਅਸੀਂ ਪਿਛਲੇ ਸਾਲ ਦੀ ਰੂਟੀਨ ਵਧੀਆ ਕਰਤੀ ਆ ਹੁਣ ਹੋਰ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਹੀਂ ਤੇ ਐਤਕਾ ਕਾਫੀ ਕਿਸਾਨਾਂ ਨੇ ਗੰਨਾ ਲਾਇਆ ਦੁਬਾਰਾ ਕਾਫੀ ਬਹੁਤ ਗੰਨਾ ਲੱਗਾ ਔਰ ਐਤਕਾ ਵੀ ਕੋਈ ਪੇਮੈਂਟ ਦੀ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ। ਮੈਂ ਕਿਹਾ ਜੀ ਬਿਲਕੁਲ ਕੋਈ ਕਿਸਾਨਾਂ ਨੂੰ ਐਤਕਾ ਕੋਈ ਪ੍ਰੋਬਲਮ ਨਹੀਂ ਆਊਗੀ ਜਿਹੜਾ ਅਸੀਂ 25 ਦਾ ਸਿਸਟਮ ਬਣਾਇਆ ਉਹਦੇ ਚ ਵੀ ਅਸੀਂ ਕਿਸੇ ਨੂੰ ਮਤਲਬ ਜਿਹੜਾ ਕੋਈ ਪ੍ਰੋਬਲਮ ਨਹੀਂ ਆਉਣ ਦੇਣੀ ਚਾਹੇ 1 ਕਿੱਲੇ ਵਾਲਾ ਕਿਸਾਨ ਆ ਚਾਹੇ ਉਹ 50 ਕਿੱਲੇ ਵਾਲਾ ਕਿਸਾਨ ਆ ਕੈਲੰਡਰ ਜਿਹੜਾ ਅਸੀਂ ਫਾਈਨਲ ਕੀਤਾ ਅਸੀਂ ਕੈਲੰਡਰ ਦੇ ਉਲਟ ਜਾ ਕੇ ਕਿਸੇ ਨੂੰ ਕੋਈ 25 ਦੇ ਦਿਨ ਦੇਣੀ ਹਰ ਇੱਕ ਨੂੰ ਰੂਟੀਨ ਦੇ ਵਿੱਚ ਜਦੋਂ ਉਹਦੀ ਵਾਰੀ ਬਣਦੀ ਆ ਉਸ ਹਿਸਾਬ ਦਾ ਉਹਨੂੰ ਮਤਲਬ 25 ਪਹਿਲਾਂ ਤੇ ਮਿਲ ਇੱਥੇ ਦੇ ਲੋਕ ਉੱਥੋਂ ਜਾਂਦੇ ਸੀ ਇੱਥੋਂ 20 ਕਿਲੋਮੀਟਰ ਦੂਰ ਜਾਂਦੇ ਸੀ ਲੈਣ ਲੀਡਰਾਂ ਦੇ ਕੋਲੋਂ ਬੱਸੀਆਂ ਮਿਲਦੀਆਂ ਕੋਈ ਲੀਡਰ ਗਿਆ ਪਿਛਲੇ ਸਾਲ ਮੇਰੇ ਘਰ ਕੋਲ ਲੈਣ 2 ਸੀਜ਼ਨ ਹੋ ਗਿਆ ਕਦੀ ਕੋ ਗਿਆ ਅੱਜ ਜੀਐਮ ਖੜਾ ਪੁੱਛੋ ਇਹਨੂੰ ਕੋਈ ਅੱਧਾ ਗਿਆ ਜੀ ਬਿਲਕੁਲ ਗਿਆ ਕੋ 25 ਲੈਣ ਮੈਂ ਇਹਨਾਂ ਨੂੰ ਕਿਹਾ ਵੀ ਕੋਈ ਏਦਾਂ ਦੀ ਗੱਲ ਨਹੀਂ ਕਰਨੀ ਸਭ ਨੂੰ ਬਰਾਬਰ ਦਿਓ ਸਭ ਕਿਸਾਨ ਆਪਣੇ ਵੋਟਾਂ ਵਾਟਾਂ ਲੰਘ ਗਿਆ ਜੀ ਜਦੋਂ ਵੋਟਾਂ ਆਉਣਗੀਆਂ ਫਿਰ ਦੇਖਾਂਗੇ ਬਿਲਕੁਲ ਕਾਰਵਾਈ ਕਰਾਂਗੇ ਜੀ ਆਪਾਂ ਇੱਥੇ ਖੜੇ ਆ ਕਾਰਵਾਈ ਕਰਾਂਗੇ ਹੁੰਦੀ ਨੀ ਏਦਾਂ ਦੀ ਕੋਈ ਸ਼ਿਕਾਇਤ ਨਹੀਂ ਹੁੰਦੀ ਸਾਡਾ ਸਾਰਾ ਸਟਾਫ ਇੱਥੇ ਬਹੁਤ ਵਧੀਆ।